ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ ਤੁਹਾਡੇ ਸਾਰਿਆਂ ਦਾ ਮੇਰੇ ਵੱਲੋਂ ਸੁਪਨ ਸੰਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਇਹ ਹਕੀਕਤ ਹੈ ਕਿ ਜੀਵਨ ਵਿੱਚ ਬੁਢੇਪੇ ਦੇ ਕਸ਼ਟ ਹੰਢਾਉਣਾ ਮਨੁੱਖ ਦੀ ਇੱਕ ਹੋਣੀ ਹੈ। ਇਹ ਇੱਕ ਅਸਲੀਅਤ ਹੈ ਕਿ ਜਿਹੜਾ ਬੁਢਾਪਾ ਹੁੰਦਾ ਹੈ ਉਹ ਕਸ਼ਟਦਾਈ ਹੁੰਦਾ ਹੈ, ਦੁੱਖਦਾਈ ਮੰਨਿਆ ਗਿਆ ਹੈ। ਇਸ ਨੂੰ ਮੌਤ ਨਾਲੋਂ ਜ਼ਿਆਦਾ ਡਰਾਉਣੀ ਨਜ਼ਰ ਦੇ ਨਾਲ ਵੇਖਿਆ ਗਿਆ ਹੈ। ਜੀਵਨ ਦੀ ਜੰਗ ਵਿੱਚ ਪੈਸਾ, ਦੌਲਤ, ਪ੍ਰਸਿੱਧੀ ਸਭ ਕੁਝ ਪਾਉਣ ਤੋਂ ਬਾਅਦ ਵੀ ਕਈ ਵਾਰ ਇਹ ਸੋਚ ਕੇ ਬੁਢੇਪੇ ਵਿੱਚ ਉੱਭਰਦੀ ਵੇਖੀ ਗਈ ਹੈ ਕਿ ਇਹ ਸਭ ਕੁਝ ਆਖਰ ਕਿਸ ਲਈ ਕੀਤਾ। ਸੰਸਾਰ ਪ੍ਰਸਿੱਧ ਵਿਦਵਾਨ ਰੂਸੋ ਨੇ ਆਪਣੇ ਲਿਖੇ ਦਾ ਨਤੀਜਾ ਅੰਤ ਵਿੱਚ ਸਿਫਰ ਯਾਨੀ ਕਿ ਜ਼ੀਰੋ ਦੱਸਿਆ। ਸੰਸਾਰ ਦੇ ਮੰਨੇ ਪ੍ਰਮੰਨੇ ਚਿੱਤਰਕਾਰ ਮਾਈਕਲ ਏਂਜਲੋ ਨੇ ਆਪਣੀਆਂ ਕਲਾ ਕ੍ਰਿਤੀਆਂ ਨੂੰ ਕਠਪੁਤਲੀ ਸਮਝਿਆ ਅਤੇ ਉਦਾਸ ਹੋ ਗਿਆ। ਪਰ ਦੂਜੇ ਪਾਸੇ ਇਹ ਬਚਪਨ ਹੀ ਹੈ ਜੋ ਬਜ਼ੁਰਗਾਂ ਦਾ ਪਿੱਛਾ ਨਹੀਂ ਛੱਡਦਾ। ਬਚਪਨ ਦੀ ਛਾਪ ਇੰਨੀ ਡੂੰਘੀ ਹੁੰਦੀ ਹੈ ਕਿ ਉਹ ਜੀਵਨ ਦੇ ਅੰਤ ਤੱਕ ਨਾਲ ਰਹਿੰਦੀ ਹੈ। ਜਵਾਨੀ ਵਿੱਚ ਵਿਅਕਤੀ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਬਚਪਨ ਦੀ ਇਸ ਛਾਪ ਦੇ ਬਾਰੇ ਵਿੱਚ ਸੋਚੇ। ਪਰ ਕੁਦਰਤ ਦੀ ਇਹ ਸਭ ਤੋਂ ਵੱਡੀ ਕਿਰਪਾ ਹੈ ਕਿ ਬੁਢੇਪੇ ਵਿੱਚ ਵਿਹਲ ਹੋਣ ਕਰਕੇ ਵਿਅਕਤੀ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਸੌਖ ਨਾਲ ਪਰਤ ਸਕਦਾ ਹੈ। 10 ਮਈ 1906 ਨੂੰ ਆਪਣੀ ਡਾਇਰੀ ਵਿੱਚ 78 ਸਾਲਾਂ ਟਾਲਸਟਾਏ ਨੇ ਲਿਖਿਆ ਸੀ ਕਿ ਮੇਰਾ ਸਾਰਾ ਦਿਨ ਉਦਾਸੀ ਵਿੱਚ ਗੁਜ਼ਰ ਜਾਂਦਾ ਹੈ। ਸ਼ਾਮ ਢਲਦੇ ਮਨ ਵਿੱਚ ਇੱਕ ਹੂਕ ਉੱਠਦੀ ਹੈ ਕਿ ਕੋਈ ਮੈਨੂੰ ਸਹਿਲਾਏ, ਪਿਆਰ ਕਰੇ, ਉਹੀ ਪਿਆਰ ਦੇਵੇ ਜੋ ਮੈਨੂੰ ਬਚਪਨ ਵਿੱਚ ਮਾਂ ਦੀ ਗੋਦ ਵਿੱਚ ਮਿਲਿਆ ਅਤੇ ਮੈਂ ਉਸਦੀ ਬਾਂਹ ਨਾਲ ਲਿਪਟ ਕੇ ਉਸੇ ਤਰ੍ਹਾਂ ਰੋਵਾਂ ਜਿਵੇਂ ਬਚਪਨ ਵਿੱਚ ਰੋਂਦਾ ਸੀ। ਦੋਸਤੋ, ਇਹ ਸਭ ਦੀਵਾਨਗੀ ਹੈ ਲੇਕਿਨ ਇਹ ਸੱਚ ਵੀ ਹੈ। ਇੰਜ ਟਾਲਸਟਾਏ ਬੁਢਾਪੇ ਵਿੱਚ ਆਪਣੀ ਮਾਂ ਨੂੰ ਯਾਦ ਕਰਦੇ ਨੇ ਜੋ ਉਹਨਾਂ ਨੂੰ 2 ਸਾਲ ਦੀ ਉਮਰ ਵਿੱਚ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ। ਐਂਡਰਸਨ ਵੀ ਬੁਢੇਪੇ ਵਿੱਚ ਆਪਣੇ ਬਚਪਨ ਦੇ ਦੋਸਤਾਂ ਨੂੰ ਯਾਦ ਕਰਿਆ ਕਰਦੇ ਸੀ। ਨੀਂਦ ਤੋਂ ਉੱਠ ਕੇ ਉਹਨਾਂ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਆਪਣੀ ਡਾਇਰੀ ਵਿੱਚ ਉਤਾਰਦੇ ਜੋ ਉਹਨਾਂ ਦੇ ਬਚਪਨ ਦੇ ਨਾਲ ਜੁੜੀਆਂ ਹੋਈਆਂ ਸੀ। ਦੋਸਤਾਂ ਨਾਲ ਲੜਨਾ, ਵਿਛੜਨਾ, ਉਹਨੂੰ ਇੰਝ ਲੱਗਦਾ ਸੀ ਜਿਵੇਂ ਉਹ ਬਚਪਨ ਨੂੰ ਫਿਰ ਤੋਂ ਜੀ ਰਹੇ ਹੋਣ। ਉਹਨਾਂ ਨੇ ਆਪਣੀ ਡਾਇਰੀ ਵਿੱਚ ਲਿਖਿਆ ਕਿ ਹੁਣ ਹੋਰ ਨਹੀਂ ਰੁਕ ਸਕਦਾ, ਮੈਂ ਇਸ ਸੁੱਕੇ ਪੱਤੇ ਵਰਗੇ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ। ਅਤੇ ਕੁਝ ਹੀ ਸਮੇਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਠੀਕ ਹੈ ਕਿ ਆਪਣੇ ਪਿਛਲੇ ਅਨੁਭਵਾਂ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ, ਜੋ ਆਪਣੀ ਜਗ੍ਹਾ ਸੱਚ ਵੀ ਹੈ ਦੋਸਤੋ, ਪਰ ਉਸ ਬਜ਼ੁਰਗ ਲਈ ਇਸ ਗਿਆਨ ਦਾ ਕੀ ਮੁੱਲ ਰਹਿ ਜਾਂਦਾ ਹੈ ਜਿਸ ਦੇ ਜੀਵਨ ਦੀ ਜੋਤੀ ਅੰਤਮ ਪ੍ਰਕਾਸ਼ ਲਈ ਭੜਕ ਰਹੀ ਹੋਵੇ। ਬਜ਼ੁਰਗ ਨੂੰ ਆਪਣੇ ਜੀਵਨ ਵਿੱਚ ਕਿਸੇ ਵੀ ਵਿਅਕਤੀ ਦੇ ਦਖਲ ਵਿੱਚ ਖਤਰਾ ਵਿਖਾਈ ਦਿੰਦਾ ਹੈ। ਬਜ਼ੁਰਗਾਂ ਦੀ ਮਾਨਸਿਕਤਾ ਇਹ ਵੀ ਹੁੰਦੀ ਹੈ ਕਿ ਉਹ ਕਿਸੇ ਨਾਲ ਵੀ ਆਪਣੇ ਜੀਵਨ ਦੇ ਵਿਸ਼ੇ ਵਿੱਚ ਸੰਬੰਧ ਨਹੀਂ ਰੱਖਣਾ ਚਾਹੁੰਦਾ। ਜਦੋਂ ਅਜਿਹੇ ਬੁੱਢੇ ਆਪਣੇ ਭਾਵੁਕ ਰਿਸ਼ਤੇ ਕੱਟ ਦਿੰਦੇ ਨੇ ਤਾਂ ਉਹਨਾਂ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ, ਉਹ ਅਚਾਨਕ ਬਿਫਰ ਜਾਂਦੇ ਨੇ, ਰੋਣ ਲੱਗਦੇ ਨੇ। ਬਜ਼ੁਰਗ ਟਾਲਸਟਾਏ ਸੰਗੀਤ ਸੁਣ ਕੇ ਹੰਝੂ ਟਪਕਾਉਣ ਲੱਗਦੇ ਸੀ। ਆਪਣੇ ਬੁਢਾਪੇ ਵਿੱਚ ਦੂਜੇ ਮਹਾਂਯੁੱਧ ਦਾ ਨਾਇਕ ਚਰਚਿਲ ਵੀ ਰੋਣ ਲੱਗਦਾ ਸੀ। ਪਰ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਨੇ ਜੋ ਕਿਸੇ ਸੋਗ ਸੁਨੇਹੇ ਨੂੰ ਸੁਣ ਕੇ ਵੀ ਨਿਰਲੇਪ ਬਣੇ ਰਹਿੰਦੇ ਨੇ। ਇਸ ਨਿਰਲੇਪ ਹਾਲਤ ਵਿੱਚ 58 ਸਾਲ ਦੇ ਟਾਲਸਟਾਏ ਨੂੰ ਉਸ ਸਮੇਂ ਵੇਖਿਆ ਗਿਆ ਜਦੋਂ ਉਹਨਾਂ ਦੇ 4 ਸਾਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ। ਜਦੋਂ ਉਹ 67 ਸਾਲ ਦੇ ਸੀ ਤਦ ਉਹਨਾਂ ਦੇ ਪੁੱਤਰ ਵਨੀਚਕਾ ਦਾ ਦੇਹਾਂਤ ਹੋ ਗਿਆ ਸੀ। ਤਦ ਵੀ ਉਹਨਾਂ ਨੇ ਇਸ ਨੂੰ ਰੱਬ ਦੀ ਇੱਛਾ ਦੱਸਿਆ ਅਤੇ ਫਿਰ ਕੰਮ 'ਤੇ ਲੱਗ ਗਏ।
ਅਤੇ 1906 ਵਿੱਚ ਜਦੋਂ ਉਹਨਾਂ ਦੀ ਪੁੱਤਰੀ ਮਾਸ਼ਾ ਦੀ ਮੌਤ ਹੋਈ ਤਾਂ ਉਹ ਕਬਰਿਸਤਾਨ ਵੀ ਨਹੀਂ ਗਏ ਅਤੇ ਆਪਣੇ ਟੇਬਲ ਉੱਤੇ ਉਹਨਾਂ ਨੇ ਬੈਠ ਕੇ ਲਿਖਿਆ ਕਿ ਉਹ ਉਸਨੂੰ ਕਬਰਿਸਤਾਨ ਲੈ ਗਏ ਨੇ। ਇਹ ਕੁਦਰਤ ਦਾ ਨਿਯਮ ਹੈ, ਆਪਾਂ ਰੱਬ ਦਾ ਸ਼ੁਕਰ ਕਰੀਏ। ਦੋਸਤੋ, ਅਕਸਰ ਵੇਖਿਆ ਗਿਆ ਕਿ ਅਜਿਹੀਆਂ ਪਰਿਸਥਿਤੀਆਂ ਵਿੱਚ ਕਈ ਬਜ਼ੁਰਗ ਨਿਰਲੇਪ ਬਣ ਜਾਂਦੇ ਨੇ। ਕੋਈ ਹਰ ਬਜ਼ੁਰਗ ਜਾਣਦਾ ਹੈ ਕਿ ਮੌਤ ਇੱਕ ਅਟਲ ਸੱਚ ਹੈ, ਪਰ ਇਹ ਜਾਣਨਾ ਕਿੰਨਾ ਕੁ ਅਰਥ ਰੱਖਦਾ ਹੈ? ਕੋਈ ਵੀ ਅਮਰ ਨਹੀਂ ਹੈ। ਮੌਤ ਇੱਕ ਬਾਹਰਮੁਖੀ ਤੱਤ ਹੈ ਜੋ ਕਿਸੇ ਦੇ ਵੱਸ ਵਿੱਚ ਨਹੀਂ ਹੈ। ਕੋਈ ਮੌਤ ਦੀ ਕਾਮਨਾ ਵੀ ਕਰੇ ਤਾਂ ਸਮਾਂ ਆਉਣ ਤੱਕ ਉਹ ਮਰ ਨਹੀਂ ਸਕਦਾ। ਮੌਤ ਦਾ ਪੂਰਵ ਅਨੁਮਾਨ ਭਲੇ ਹੀ ਲਗਾ ਲਿਆ ਜਾਵੇ, ਪਰ ਨਿਸ਼ਚਿਤ ਤੌਰ 'ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਉਸਦੀ ਮੌਤ ਕਦੋਂ ਆਵੇਗੀ। 70 ਸਾਲ ਦੇ ਵੇਲਜ਼ ਨੇ ਮੌਤ ਦੇ ਬਿਸਤਰੇ ਬਾਰੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਬਾਲਕ ਹਾਂ ਜਿਸ ਨੂੰ ਢੇਰ ਸਾਰੇ ਸੁੰਦਰ ਖਿਡੌਣੇ ਦੇ ਕੇ ਬਿਸਤਰੇ 'ਤੇ ਸੌਣ ਲਈ ਭੇਜ ਦਿੱਤਾ ਗਿਆ ਹੈ, ਪਰ ਮੈਂ ਆਪਣੇ ਖਿਡੌਣੇ ਛੱਡ ਕੇ ਸੌਣਾ ਨਹੀਂ ਚਾਹੁੰਦਾ। ਨਾਜ਼ਰੀਨ, ਅੱਜ ਬੁਢਾਪੇ ਬਾਰੇ ਗੱਲਬਾਤ ਚੱਲ ਰਹੀ ਹੈ। ਇਹ ਠੀਕ ਹੈ ਕਿ ਜਦੋਂ ਸਥਿਤੀਆਂ ਬਦਲ ਜਾਂਦੀਆਂ ਨੇ ਅਤੇ ਜੀਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਜਵਾਨ ਆਪਣੇ ਆਪ ਨੂੰ ਬਦਲ ਲੈਂਦਾ ਹੈ, ਪਰ ਬਜ਼ੁਰਗ ਇਹਨਾਂ ਬਦਲਾਵਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਰੱਖਦੇ। ਤਦ ਉਹ ਮਰਨ ਦੀ ਕਾਮਨਾ ਕਰਦੇ ਨੇ। ਬਚਪਨ ਵਿੱਚ ਸਾਡੀਆਂ ਆਸ਼ਾਵਾਂ ਅਤੇ ਇੱਛਾਵਾਂ ਦੀ ਸੀਮਾ ਛੋਟੀ ਹੁੰਦੀ ਹੈ, ਜੋ ਜਵਾਨੀ ਤੱਕ ਪਹੁੰਚਦੇ ਵਿਸਥਾਰ ਪਾਉਂਦੀ ਹੈ ਅਤੇ ਬੁਢੇਪੇ ਵਿੱਚ ਜਾ ਕੇ ਫਿਰ ਸੁੰਗੜ ਜਾਂਦੀ ਹੈ। ਇਹਨਾਂ ਸੁੰਗੜੀਆਂ ਇੱਛਾਵਾਂ ਦੀ ਪ੍ਰਾਪਤੀ ਦੇ ਬਾਅਦ ਵਿਅਕਤੀ ਕੋਲ ਕੁਝ ਕਰਨਾ ਬਾਕੀ ਨਹੀਂ ਰਹਿੰਦਾ। ਤਦ ਉਸ ਨੂੰ ਲੱਗਦਾ ਹੈ ਕਿ ਹੁਣ ਬਸ ਹੋ ਗਿਆ, ਜੋ ਹੋਣਾ ਸੀ ਹੋ ਗਿਆ, ਜੋ ਕਰਨਾ ਸੀ ਕਰ ਲਿਆ। ਇਹ ਸੋਚਦੇ ਹੋਏ ਉਹਨਾਂ ਨੂੰ ਜੀਵਨ ਦੀ ਵਾਧੂ ਜਿਹੀ ਕੋਈ ਸ਼ੈ ਜਾਪਣ ਲੱਗਦੀ ਹੈ। ਬਜ਼ੁਰਗ ਉਸ ਸ਼੍ਰੇਣੀ ਦੇ ਹਨ ਜਿਨ੍ਹਾਂ ਦੀ ਇੱਕ ਖਾਸ ਸਮੇਂ ਤੱਕ ਆ ਕੇ ਸਮਾਜ ਲਈ ਕੋਈ ਉਪਯੋਗਤਾ ਨਹੀਂ ਰਹਿ ਜਾਂਦੀ। ਕਦੇ ਉਹ ਸ਼ਕਤੀ ਦਾ ਕੇਂਦਰ ਰਹੇ ਸਨ, ਪਰ ਬੁਢਾਪੇ ਵਿੱਚ ਪਹੁੰਚ ਕੇ ਉਹ ਨਿਗੂਣੇ ਵਿਚਾਰੇ ਰਹਿ ਜਾਂਦੇ ਨੇ ਔਰ ਕਿਸੇ ਕੰਮ ਲਈ ਹੁਣ ਉਹ ਲਾਭ ਦੇਣ ਦੇ ਯੋਗ ਨਾ ਹੋਣ ਕੇ ਜਵਾਨ ਲੋਕ ਬੁੱਢਿਆਂ ਦੀ ਚਿੰਤਾ ਨਹੀਂ ਕਰਦੇ। ਬੁਢੇਪਾ ਪਤਝੜ ਦੀ ਤਰ੍ਹਾਂ ਹੈ, ਉਹ ਸਿਆਲ ਦੀ ਤਰ੍ਹਾਂ ਜਿਸ ਵਿੱਚ ਬਰਫ਼ ਦੀ ਚਿੱਟੀ ਚਾਦਰ ਵਿਛੀ ਹੁੰਦੀ ਹੈ। ਜਦੋਂ ਬੁੱਢਿਆਂ ਦੇ ਹੱਥ ਵਿੱਚ ਸੱਤਾ ਹੁੰਦੀ ਹੈ ਤਾਂ ਉਹਨਾਂ ਦਾ ਗੁਣਗਾਣ ਹੁੰਦਾ ਹੈ, ਉਹਨਾਂ ਦੇ ਚਰਿੱਤਰ ਅਤੇ ਗਿਆਨ ਦੇ ਕਸੀਦੇ ਪੜ੍ਹੇ ਜਾਂਦੇ ਨੇ, ਪਰ ਜਦੋਂ ਇਹ ਸਭ ਕੁਝ ਨਹੀਂ ਰਹਿੰਦਾ ਤਾਂ ਉਹ ਵਿਚਾਰੇ ਇੱਕ ਫਾਲਤੂ ਜਿਹੀ ਚੀਜ਼ ਬਣ ਕੇ ਰਹਿ ਜਾਂਦੇ ਨੇ, ਵਿਚਾਰੇ ਬਣ ਜਾਂਦੇ ਨੇ। ਬੁਢੇਪੇ ਨੂੰ ਪਹੁੰਚ ਕੇ ਆਪਣੇ ਜੀਵਨ ਨਿਰਬਾਹ ਲਈ ਉਹਨਾਂ ਨੂੰ ਜਾਂ ਤਾਂ ਜਵਾਨ ਪੀੜ੍ਹੀ ਦਾ ਮੂੰਹ ਵੇਖਣਾ ਪੈਂਦਾ ਹੈ ਜਾਂ ਫਿਰ ਬਾਹਰਲੀਆਂ ਸਮਾਜ ਸੇਵੀ ਸੰਸਥਾਵਾਂ ਦਾ। ਉਹਨਾਂ ਨੂੰ ਸਮਾਜ ਦਾ ਇੱਕ ਅਜਿਹਾ ਬੇਕਾਰ ਅੰਗ ਮੰਨਿਆ ਜਾਂਦਾ ਹੈ ਜੋ ਬੋਝ ਬਣ ਕੇ ਪਰਿਵਾਰ ਵਿੱਚ ਜੀ ਰਿਹਾ ਹੁੰਦਾ ਹੈ। ਕੁਝ ਪਰਿਵਾਰ ਸਮਾਜ ਦੇ ਡਰੋਂ ਬੁੱਢਿਆਂ ਨੂੰ ਮਾਨਵੀ ਨਜ਼ਰ ਨਾਲ ਵੇਖਦੇ ਨੇ ਕਿ ਲੋਕ ਕੀ ਆਖਣਗੇ ਕਿ ਇਹ ਆਪਣੇ ਬਜ਼ੁਰਗ ਮਾਂ ਬਾਪ ਦਾ ਖਿਆਲ ਨਹੀਂ ਰੱਖਦੇ। ਕਈ ਬਜ਼ੁਰਗ ਤਰਸਯੋਗ ਹਾਲਤ ਵਿੱਚ ਦਿਨ ਗੁਜ਼ਾਰ ਰਹੇ ਨੇ। ਮਨੁੱਖ ਜਾਤੀ ਵਿੱਚ ਆਪਣੇ ਗਿਆਨ ਅਤੇ ਅਨੁਭਵ ਦੇ ਕਾਰਨ ਬਜ਼ੁਰਗਾਂ ਨੂੰ ਵਿਸ਼ੇਸ਼ ਸਥਾਨ ਭਲੇ ਦਿੱਤਾ ਗਿਆ ਹੋਵੇ, ਪਰ ਮੌਕਾ ਪਾ ਕੇ ਉਸਨੂੰ ਘਰ ਅਤੇ ਸਮਾਜ ਦੇ ਇਸ ਵਿਸ਼ੇਸ਼ ਸਥਾਨ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਫਿਰ ਹਾਲਾਤ ਸਮਝ ਕੇ ਬਜ਼ੁਰਗ ਆਪਣੇ ਆਪ ਹਟ ਜਾਂਦੇ ਨੇ। ਨਾਜ਼ਰੀਨ, ਮਨੁੱਖੀ ਸਮਾਜਾਂ ਵਿੱਚ ਬੁਢੇਪੇ ਨੂੰ ਇੱਕ ਕੁਦਰਤੀ ਸਰਾਪ ਮੰਨਿਆ ਗਿਆ ਹੈ। ਬਜ਼ੁਰਗ ਨੂੰ ਜਵਾਨ ਪੀੜ੍ਹੀ ਇੱਕ ਤਰ੍ਹਾਂ ਦੇ ਨਾਲ ਹਕਾਰਤ ਦੀ ਨਜ਼ਰ ਨਾਲ ਵੇਖਦੀ ਹੈ ਅਤੇ ਕਦੇ ਉਹਨਾਂ ਦਾ ਮਾਹੌਲ ਵੀ ਉਡਾਇਆ ਜਾਂਦਾ ਹੈ। ਪਰ ਦੂਜੇ ਪਾਸੇ ਵੇਖੀਏ ਤਾਂ ਸਾਰੇ ਪ੍ਰਾਣੀਆਂ ਵਿੱਚ ਪਸ਼ੂਆਂ ਸਮੇਤ ਬੁੱਢਿਆਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਅਕਸਰ ਹਰ ਜਾਤੀ ਦੇ ਜੀਵਾਂ ਵਿੱਚ ਪੁਰਖ ਦਾ ਮੁੱਖ ਸਥਾਨ ਰਿਹਾ ਹੈ। ਜਿੱਥੇ ਬਜ਼ੁਰਗਾਂ ਦੀ ਮੁੱਖ ਭੂਮਿਕਾ ਰਹੀ ਹੈ, ਉੱਥੇ ਹੀ
ਲੜਾਈ ਝਗੜੇ ਨਹੀਂ ਹੁੰਦੇ ਕਿਉਂਕਿ ਉਹ ਖੁਰਾਂਟ ਅਤੇ ਸ਼ਾਂਤ ਹੁੰਦੇ ਨੇ। ਬਾਂਦਰ ਜਾਤੀ ਦੇ ਅਧਿਐਨ ਵਿੱਚ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਬੁੱਢਿਆਂ ਦੀ ਕਰਨੀ ਦੀ ਨਕਲ ਕਰਦੇ ਨੇ, ਜਦੋਂ ਕਿ ਹਾਣੀਆਂ ਦੀਆਂ ਕਰਤੂਤਾਂ ਨੂੰ ਅਣਡਿੱਠ ਕਰ ਦਿੰਦੇ ਨੇ। ਇਹ ਵੀ ਵੇਖਿਆ ਗਿਆ ਕਿ ਜਦੋਂ ਕੋਈ ਬਾਂਦਰ ਸਮਝ ਆਉਂਦਾ ਹੈ ਕਿ ਨੇਤਾ ਬੁੱਢਾ ਹੋ ਗਿਆ ਹੈ ਤਾਂ ਉਸ ਵਿੱਚ ਹੁਣ ਓਨੀ ਸ਼ਕਤੀ ਨਹੀਂ ਰਹਿ ਗਈ ਉਹ ਆਪਣੇ ਝੁੰਡ ਨੂੰ ਸੰਭਾਲ ਸਕੇ, ਤਾਂ ਉਹ ਸੱਤਾ ਪ੍ਰਾਪਤ ਕਰਨ ਲਈ ਉਸ ਬਜ਼ੁਰਗ ਦੀ ਹੱਤਿਆ ਕਰ ਦਿੰਦਾ ਹੈ। ਮਨੁੱਖ ਜਾਤੀ ਦੇ ਇਤਿਹਾਸ ਵਿੱਚ ਵੀ ਇਸ ਪ੍ਰਕਾਰ ਦੀ ਪ੍ਰਵਿਰਤੀ ਵੇਖੀ ਜਾਂਦੀ ਹੈ। ਅਫਰੀਕਾ ਦੇ ਕੋਂਗੋ ਖੇਤਰ ਦੇ ਚਿਟੂਮਬੇ ਜਾਤੀ ਦੇ ਲੋਕ ਜਦੋਂ ਇਹ ਸਮਝ ਆਉਂਦੇ ਨੇ ਕਿ ਉਹਨਾਂ ਦਾ ਮੁਖੀ ਮੁੱਖ ਪੁਰੋਹਿਤ ਹੁਣ ਬਜ਼ੁਰਗ ਹੋ ਗਿਆ ਹੈ, ਕਮਜ਼ੋਰ ਹੋ ਗਿਆ ਹੈ, ਉਸਦੀ ਸਿਹਤ ਜਿਹੜੀ ਉਹ ਡਿੱਗਣ ਲੱਗੀ ਹੈ, ਤਾਂ ਉਸਨੂੰ ਮਾਰ ਦਿੰਦੇ ਨੇ। ਉਹ ਇਹ ਮੰਨਦੇ ਨੇ ਕਿ ਜੇਕਰ ਉਹ ਆਪਣੀ ਪੂਰੀ ਉਮਰ ਜੀ ਕੇ ਕੁਦਰਤੀ ਮੌਤ ਨੂੰ ਪ੍ਰਾਪਤ ਹੋਵੇਗਾ ਤਾਂ ਆਪਣੇ ਨਾਲ ਉਹ ਆਪਣੀ ਜਿਹੜੀ ਸ਼ਕਤੀ ਹੈ, ਦੈਵ ਸ਼ਕਤੀ, ਉਹ ਵੀ ਨਾਲ ਲੈ ਜਾਵੇਗਾ। ਆਪਾਂ ਸੰਸਾਰ ਦੀਆਂ ਕੁਝ ਵੱਡੀਆਂ ਹਸਤੀਆਂ ਦੇ ਹਵਾਲੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਬੁਢਾਪੇ ਵਿੱਚ ਪਹੁੰਚ ਕੇ ਕਿਵੇਂ ਮਹਿਸੂਸ ਕਰਦੇ ਸੀ। ਲਓ ਜੀ, ਸੰਸਾਰ ਪ੍ਰਸਿੱਧ ਮਨੋਵਿਗਿਆਨੀ ਫਰਾਇਡ ਇੱਕ ਦ੍ਰਿੜ ਮੌਲਿਕ ਚਿੰਤਨ ਦੇ ਨਾਲ ਨਾਲ ਚੰਗਾ ਕੰਮਾਂ ਵੀ ਸੀ, ਔਰ ਉਹ ਚਿੰਤਕ ਆਪਣੇ ਵਿਚਾਰਾਂ ਨੂੰ ਮਨਵਾਉਣ ਦੀ ਯੋਗਤਾ ਵੀ ਰੱਖਦਾ ਸੀ ਅਤੇ ਯੋਗਤਾ ਵੀ ਉਸ ਵਿੱਚ ਸੀ। ਉਹ ਇੱਕ ਨਿਰਭੈ ਅਤੇ ਨਾ ਝੁਕਣ ਵਾਲੀ ਸ਼ਖਸੀਅਤ ਸੀ ਜੋ ਇੱਕ ਚੰਗਾ ਪਤੀ ਅਤੇ ਸਨੇਹ ਕਰਨ ਵਾਲਾ ਪਿਤਾ ਸੀ। ਪਰ ਰਾਜਨੀਤਿਕ ਘਟਨਾਕ੍ਰਮ ਕੁਝ ਇਸ ਤਰ੍ਹਾਂ ਵਾਪਰਿਆ ਕਿ ਉਸ ਨੂੰ ਬੁਢੇਪੇ ਵਿੱਚ ਦੁੱਖ ਕਸ਼ਟ ਸਹਿਣਾ ਪਿਆ। 1928 ਵਿੱਚ ਨਾਜ਼ੀ ਉਸਦੇ ਘਰ ਦੀ ਤਲਾਸ਼ੀ ਲੈਣ ਪਹੁੰਚੇ ਪਰ ਉਸਦੀ ਤੇਜ਼ ਨਜ਼ਰ ਤੋਂ ਕੰਬ ਉੱਠੇ ਸੀ। ਦੋਸਤੋ, ਇਸ ਵਕਫੇ ਤੋਂ ਪਹਿਲਾਂ ਅਸੀਂ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਫਰਾਇਡ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। 1922 ਵਿੱਚ ਫਰਾਇਡ ਨੂੰ 66 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪਿਆ ਤਾਂ ਉਸਨੂੰ ਲੱਗਿਆ ਕਿ ਬੁਢੇਪੇ ਨੇ ਉਸਨੂੰ ਦਬੋਚ ਲਿਆ ਹੈ। ਉਦੋਂ ਤੋਂ ਉਸਨੂੰ ਮੌਤ ਦਾ ਡਰ ਸਤਾਉਣ ਲੱਗਾ। ਅਗਲੇ ਸਾਲ ਕੈਂਸਰ ਦੇ ਖਦਸ਼ੇ ਵਿੱਚ ਉਸਦੇ ਤਾਲੂ ਦਾ ਆਪਰੇਸ਼ਨ ਕੀਤਾ ਗਿਆ। ਉਸਨੇ ਆਪਣੇ ਡਾਕਟਰ ਨੂੰ ਕਿਹਾ ਸੀ ਕਿ ਉਸਨੂੰ ਸਹਿਨਸ਼ੀਲ ਮੌਤ ਦਿਓ, ਨਾ ਕਿ ਕਸ਼ਟਦਾਈ ਲੰਬੀ ਉਮਰ। ਇਸ ਦੇ ਇੱਕ ਮਹੀਨਾ ਬਾਅਦ ਉਸਦੇ 4 ਸਾਲ ਦੇ ਦੋਹਤੇ ਦਾ ਦੇਹਾਂਤ ਹੋ ਗਿਆ। 3 ਵਰੇ ਪਹਿਲਾਂ ਉਸਦੀ ਪੁੱਤਰੀ ਅਤੇ ਇਸ ਬੱਚੇ ਦੀ ਮਾਂ ਦੀ ਮੌਤ ਹੋ ਗਈ ਸੀ। ਇਹੀ ਇੱਕ ਸਮਾਂ ਸੀ ਜਦੋਂ ਉਸਨੂੰ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਰੋਂਦੇ ਵੇਖਿਆ ਗਿਆ ਸੀ। ਹੁਣ ਉਸਨੂੰ ਜੀਵਨ ਵਿੱਚ ਕੋਈ ਸਾਰ, ਕੋਈ ਆਸ ਵਿਖਾਈ ਨਹੀਂ ਸੀ ਦਿੰਦੀ। ਅਤੇ 10 ਮਈ 1925 ਨੂੰ ਫਰਾਇਡ ਨੇ ਆਪਣੇ ਪੱਤਰ ਵਿੱਚ ਸਲੋਮੀ ਨੂੰ ਲਿਖਿਆ ਸੀ ਕਿ ਮੇਰੇ ਇਰਦ ਗਿਰਦ ਇੱਕ ਅਵਸੇਧਨਸ਼ੀਲਤਾ ਦੀ ਚਾਦਰ ਜਿਹੜੀ ਹੈ ਉਹ ਲਿਪਟ ਗਈ ਲੱਗਦੀ ਹੈ। ਮੈਨੂੰ ਇਸ ਨਾਲ ਸ਼ਿਕਾਇਤ ਵੀ ਕੋਈ ਨਹੀਂ ਕਿਉਂਕਿ ਇਹ ਇੱਕ ਕੁਦਰਤੀ ਵਰਤਾਰਾ ਹੈ, ਇੱਕ ਸ਼ੁਰੂਆਤ ਹੈ 5 ਤੱਤਾਂ ਵਿੱਚ ਲੀਨ ਹੋਣ ਦੀ। ਇਸ ਬੁਢੇਪੇ ਵਿੱਚ ਸਾਨੂੰ ਨਿਰਲੇਪ ਰਹਿਣਾ ਚਾਹੀਦਾ ਹੈ। ਉਹਨੇ ਆਪਣੀ ਆਤਮ ਕਥਾ ਲਿਖਣੀ ਸ਼ੁਰੂ ਕੀਤੀ ਸੀ। ਉਸ ਵਿੱਚ ਇੱਕ ਹੋਰ ਆਪਰੇਸ਼ਨ ਉਹ ਚੱਲਦਾ ਹੈ, ਉਸਦੇ ਤਾਲੂ ਅਤੇ ਜਬਾੜੇ ਨੂੰ ਕੱਢ ਕੇ ਇੱਕ ਯੰਤਰ ਲਗਾਇਆ ਗਿਆ। ਇਸ ਤੋਂ ਉਸਨੂੰ ਸਰੀਰਕ ਅਤੇ ਮਾਨਸਿਕ ਕਸ਼ਟ ਹੋਣ ਲੱਗਾ, ਉਸਦੀ ਸੁਣਨ ਸ਼ਕਤੀ ਘੱਟ ਹੋ ਗਈ ਅਤੇ ਖਾਣ ਅਤੇ ਬੋਲਣ ਵਿੱਚ ਵੀ ਕਠਿਨਾਈ ਆਉਣ ਲੱਗੀ। ਉਸਨੂੰ ਤੰਬਾਕੂ ਲੈਣ ਤੋਂ ਵੀ ਰੋਕ ਦਿੱਤਾ ਗਿਆ। ਉਸਦੀ ਪੁੱਤਰੀ ਅੰਨਾ ਉਸਦੀ ਦੇਖਭਾਲ ਕਰਨ ਲੱਗੀ ਅਤੇ 1926 ਵਿੱਚ ਉਸਨੇ ਕਿਹਾ, ਹੋ ਸਕਦਾ ਕਿ ਇਹ ਰੱਬ ਦੀ ਕਿਰਪਾ ਹੋਵੇ ਜੋ ਸਾਨੂੰ ਇੰਨਾ ਕਸ਼ਟ ਦੇ ਰਿਹਾ ਹੈ। ਮੌਤ ਦਾ ਡਰ ਦਿਲੋਂ ਨਿਕਲ ਜਾਂਦਾ ਹੈ। ਸੋ 1929 ਵਿੱਚ ਉਸਦੀ ਹਾਲਤ ਵਿਗੜਦੀ ਗਈ ਅਤੇ ਉਸਨੂੰ 5 ਵਾਰ ਆਪਰੇਸ਼ਨ ਕਰਾਉਣਾ ਪਿਆ। ਉਸਦੇ ਰੋਗ ਨੇ ਸੋਚਣ ਦੀ ਸ਼ਕਤੀ ਖੋ ਲਈ। ਹੁਣ ਉਹ ਆਪਣੇ ਵਿਸ਼ੇ ਬਾਰੇ ਕੁਝ ਨਹੀਂ ਲਿਖ ਪਾ ਰਿਹਾ ਸੀ ਅਤੇ ਮੌਤ ਦੀ ਉਡੀਕ ਕਰ ਰਿਹਾ ਸੀ। ਅਤੇ 1935 ਵਿੱਚ ਉਹਨੇ
ਥਾਮਸ ਮਾਨ ਨੂੰ ਲਿਖਿਆ ਕਿ ਮੈਂ ਤੈਨੂੰ ਲੰਬੀ ਉਮਰ ਦੀ ਅਸੀਸ ਨਹੀਂ ਦੇਵਾਂਗਾ ਕਿਉਂਕਿ ਬੁਢਾਪਾ ਕਸ਼ਟਦਾਈ ਹੁੰਦਾ ਹੈ। ਵਕਫੇ ਤੋਂ ਪਹਿਲਾਂ ਫਰਾਇਡ ਨੇ ਬੁਢਾਪੇ ਅਤੇ ਬਿਮਾਰੀ ਦਾ ਜ਼ਿਕਰ ਚੱਲ ਰਿਹਾ ਸੀ। ਇਲਾਜ ਲਈ ਉਸਨੂੰ ਲੰਡਨ ਲੈ ਕੇ ਜਾਇਆ ਗਿਆ। ਉੱਥੇ ਆਪਣੇ ਸ਼ਾਨਦਾਰ ਸਵਾਗਤ ਨੂੰ ਵੇਖ ਕੇ ਉਸਨੂੰ ਇਹ ਸੰਤੋਸ਼ ਹੋਇਆ ਕਿ ਉਸਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਹੋਈ ਹੈ। ਉਸ ਆਪਣੇ ਪਰਿਵਾਰ ਦੀ ਚਿੰਤਾ ਸਤਾਉਣ ਲੱਗੀ ਕਿਉਂਕਿ ਆਸਟਰੀਆ ਵਿੱਚ ਉਸ ਦੀਆਂ ਤਿੰਨ ਭੈਣਾਂ ਨੂੰ ਗੈਸ ਚੈਂਬਰ ਵਿੱਚ ਰੱਖ ਕੇ ਮਾਰ ਦਿੱਤਾ ਗਿਆ ਸੀ। ਆਪਣੀ ਬਿਮਾਰੀ ਨਾਲ ਜੂਝਦੇ ਹੋਏ 1939 ਵਿੱਚ ਉਸਨੇ ਅੰਤਮ ਸਾਹ ਲਿਆ। ਤਦ ਤੱਕ 1923 ਅਤੇ 1939 ਵਿੱਚ ਉਸਦੇ 33 ਆਪਰੇਸ਼ਨ ਹੋ ਚੁੱਕੇ ਸੀ। ਉਹਦਾ ਇਹ ਕਹਿਣਾ ਸੱਚ ਹੀ ਸੀ ਕਿ ਬੁਢੇਪਾ ਕਸ਼ਟਦਾਈ ਹੁੰਦਾ ਹੈ। ਆਹ ਹੁਣ ਤੁਹਾਨੂੰ ਨੋਬਲ ਪ੍ਰਾਈਜ਼ ਜੇਤੂ ਕਵੀ ਯੇਟਸ ਦੇ ਬੁਢਾਪੇ ਬਾਰੇ ਦੱਸੀਏ। ਉਮਰ ਵਧਣ ਨਾਲ ਯੇਟਸ ਆਪਣੇ ਆਪ ਨਾਲ ਰਿਸ਼ਤੇ ਪ੍ਰਤੀ ਵਿਪਰੀਤ ਵਤੀਰਿਆਂ ਦੇ ਵਿੱਚ ਡਗਮਗਾਉਣ ਲੱਗ ਪਿਆ ਸੀ। ਉਹ 74 ਸਾਲ ਜੀਵਿਆ ਪਰ 57 ਸਾਲ ਦੀ ਉਮਰ ਵਿੱਚ ਜਦੋਂ ਆਪਣੀ ਪ੍ਰਸਿੱਧੀ ਦੀ ਸਿਖਰ 'ਤੇ ਸੀ ਉਦੋਂ ਉਸਨੂੰ ਨੋਬਲ ਇਨਾਮ ਮਿਲਿਆ ਹੀ ਸੀ ਕਿ ਉਹ ਆਪਣੇ ਬੁਢਾਪੇ ਬਾਰੇ ਕੁੜੱਤਣ ਨਾਲ ਭਰ ਗਿਆ। ਉਹ ਇੱਕ ਅੱਖ ਨਾਲ ਹੀ ਵੇਖ ਸਕਦਾ ਸੀ ਅਤੇ ਉਸਨੂੰ ਡਰ ਲੱਗਦਾ ਸੀ ਕਿ ਉਹ ਜਲਦ ਹੀ ਗੂੰਗਾ ਬੋੜਾ ਹੋ ਜਾਵੇਗਾ। ਲੇਕਿਨ ਸਭ ਤੋਂ ਵੱਧ ਉਸਨੂੰ ਵੱਧ ਰਹੀ ਉਮਰ ਦਾ ਸੱਚ ਪਰੇਸ਼ਾਨ ਕਰ ਰਿਹਾ ਸੀ। ਉਹਨੇ ਲਿਖਿਆ ਕਿ ਬੁਢੇਪੇ ਨੇ ਮੈਨੂੰ ਥਕਾ ਦਿੱਤਾ ਹੈ ਅਤੇ ਉਂਗਰ ਸੁਸਤ ਬਣਾ ਦਿੱਤਾ ਹੈ। ਮੈਂ ਸਭ ਕੁਝ ਹੁਣ ਵੀ ਹਾਂ ਜੋ ਪਹਿਲਾਂ ਰਿਹਾ, ਸਗੋਂ ਹੋਰ ਵੀ ਵੱਧ। ਲੇਕਿਨ ਇਸ ਇੱਕ ਦੁਸ਼ਮਣ ਬੁਢਾਪੇ ਨੇ ਮੈਨੂੰ ਇਵੇਂ ਨੂੜ ਲਿਆ ਹੈ, ਇੰਨਾ ਤੋੜ ਦਿੱਤਾ ਹੈ, ਹਾਲਾਂਕਿ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਯੋਜਨਾ ਬਣਾ ਕੇ ਸੋਚ ਲੈਂਦਾ, ਪਰ ਹੁਣ ਮੈਂ ਆਪਣੀਆਂ ਯੋਜਨਾਵਾਂ ਨੂੰ ਸੋਚ ਨੂੰ ਸਾਕਾਰ ਨਹੀਂ ਕਰ ਸਕਦਾ। ਫਿਰ ਵੀ ਉਹ ਹੁਣ ਬਹੁਤ ਵਧੀਆ ਕਵਿਤਾਵਾਂ ਲਿਖਣ ਦੇ ਸਮਰੱਥ ਸੀ ਅਤੇ ਉਹਨਾਂ ਵਿੱਚੋਂ ਕਈਆਂ ਵਿੱਚ ਉਸਨੇ ਬੁਢੇਪੇ ਦੇ ਖਿਲਾਫ ਆਪਣਾ ਗੁੱਸਾ ਵੀ ਕੱਢਿਆ। ਕੀ ਕਰਾਂ ਮੈਂ ਇਸ ਬਕਵਾਸ ਦਾ, ਉਹ ਮੇਰੇ ਦਿਲ, ਮੇਰੇ ਦੁਖੀ ਦਿਲ, ਕੀ ਕਰਾਂ ਇਸ ਬਗਲੌਲ ਦਾ, ਇਸ ਢੁੱਲ ਮੁੱਲ ਬੁਢੇਪੇ ਦਾ ਜੋ ਮੇਰੇ ਨਾਲ ਬੱਜ ਗਿਆ ਇੱਕ ਕੁੱਤੇ ਦੀ ਪੂਛ ਵਾਂਗੂ। ਫਿਰ ਵੀ ਉਹ ਬੇਤੁਕੇ ਬੁੱਢੇ ਆਦਮੀ ਦੀ ਭੂਮਿਕਾ ਨਿਭਾਉਣ ਵਿੱਚ ਆਨੰਦ ਲਿਆ ਕਰਦਾ ਸੀ। ਉਹਨੇ ਇੱਕ ਭਾਸ਼ਣ ਕਰਕੇ ਆਇਰਿਸ਼ ਆਦਮੀ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਉਸਨੇ ਘੋਸ਼ਣਾ ਕੀਤੀ ਸੀ ਕਿ ਉਹ ਬਦਲ ਕੇ ਇੱਕ ਤਿਤਲੀ ਬਣ ਜਾਵੇਗਾ, ਉੱਡਦਾ ਰਹੇਗਾ, ਉੱਡਦਾ ਰਹੇਗਾ, ਉੱਡਦਾ ਰਹੇਗਾ। ਉਹ ਆਪਣੇ ਆਪ ਨੂੰ ਇੱਕ 60 ਸਾਲ ਦੇ ਮੁਸਕਰਾਉਂਦੇ ਆਮ ਆਦਮੀ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੁੰਦਾ ਸੀ। ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਜੰਗਲੀ ਦੁਸ਼ਟ ਮਨੁੱਖ ਦੇ ਚਰਿੱਤਰ ਵਿੱਚ ਢਾਲ ਲਿਆ। ਨਾਜ਼ਰੀਨ, ਬੁਢਾਪੇ ਬਾਰੇ ਗੱਲਬਾਤ ਚੱਲ ਰਹੀ ਹੈ ਜੀ, ਔਰ ਬੁਢਾਪੇ ਦੀ ਇਹ ਤਰਸਯੋਗ ਹਾਲਤ ਸਾਰੀ ਸਭਿਅਤਾ ਦੀ ਅਸਫਲਤਾ ਹੈ। ਮਨੁੱਖ ਅਤੇ ਮਨੁੱਖ ਦੇ ਵਿੱਚ ਆਪਸ ਵਿੱਚ ਸੰਬੰਧ ਦੀ ਲੋੜ ਹੈ ਤਾਂ ਕਿ ਬਜ਼ੁਰਗ ਆਪਣੇ ਆਪ ਨੂੰ ਇੱਕ ਵੱਖ ਪ੍ਰਜਾਤੀ ਦਾ ਪ੍ਰਾਣੀ ਨਾ ਸਮਝਣ। ਬੁਢਾਪੇ ਦੀ ਤਿਆਰੀ ਬਜ਼ੁਰਗ ਦੇ ਬਾਅਦ ਨਹੀਂ, ਸਗੋਂ ਬਚਪਨ ਅਤੇ ਜਵਾਨੀ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਮਨੁੱਖ ਨੂੰ ਬਚਪਨ ਤੋਂ ਹੀ ਸਮਾਜ ਦਾ ਅਣੂ ਬਣਾਇਆ ਜਾਵੇ ਤਾਂ ਉਹ ਸਮਾਜ ਨਾਲੋਂ ਆਪਣੇ ਆਪ ਨੂੰ ਕਦੇ ਵੱਖ ਨਹੀਂ ਸਮਝੇਗਾ ਅਤੇ ਸਭ ਦੇ ਨਾਲ ਮਿਲ ਜੁਲ ਕੇ ਰਹੇਗਾ। ਪਰ ਅਜਿਹੀ ਪ੍ਰਥਾ ਤਾਂ ਕਿਸੇ ਸਮਾਜ ਜਾਂ ਕਿਸੇ ਦੇਸ਼ ਵਿੱਚ ਵਿਖਾਈ ਨਹੀਂ ਦਿੰਦੀ। ਅਸੀਂ ਭਲੇ ਹੀ ਇਸ ਦਾ ਸੋਨੇ ਰੰਗਾ ਸੁਪਨਾ ਵੇਖਦੇ ਹੋਈਏ, ਪਰ ਇਹ ਇੱਕ ਦਿਨ ਦਾ ਸੁਪਨਾ ਹੀ ਰਹੇਗਾ ਕਿਉਂਕਿ ਬੁਢੇਪਾ ਜਵਾਨੀ ਨਾਲੋਂ ਇੱਕ ਵੱਖਰੀ ਸਥਿਤੀ ਹੈ। ਸਮਾਜ ਆਦਮੀਆਂ ਦਾ ਧਿਆਨ ਉਸ ਸਮੇਂ ਤੱਕ ਹੀ ਰੱਖਦਾ ਹੈ ਜਦੋਂ ਤੱਕ ਉਹ ਫਾਇਦੇ ਦਿੰਦੇ ਨੇ, ਅਤੇ ਇਸ ਦਾ ਫਾਇਦਾ ਜਵਾਨ ਪੀੜ੍ਹੀ ਉਠਾ ਲੈਂਦੀ ਹੈ ਕਿਉਂਕਿ ਉਹਨਾਂ ਵਿੱਚ ਸਮਰੱਥਾ ਅਤੇ ਸ਼ਕਤੀ ਹੁੰਦੀ ਹੈ, ਜਦੋਂ ਕਿ ਬਜ਼ੁਰਗਾਂ ਦੇ ਕੋਲ ਨਾ ਹੀ ਸਮਰੱਥਾ ਰਹਿੰਦੀ ਹੈ ਅਤੇ ਨਾ ਹੀ ਸ਼ਕਤੀ। ਉਸਦੇ ਕੋਲ ਕੇਵਲ ਅੱਖਾਂ ਹੁੰਦੀਆਂ ਨੇ ਅੱਥਰੂ ਵਿਖਾਉਣ ਲਈ। ਜਦੋਂ ਤੱਕ ਸਾਡੇ ਕੋਲ ਅਜਿਹੀ ਨੀਤੀ ਨਹੀਂ ਕਿ ਜੋ ਇਹਨਾਂ ਬਜ਼ੁਰਗਾਂ ਦੇ ਅੱਥਰੂ ਪੂੰਹ ਸਕੇ,
ਤਦ ਤੱਕ ਸਮੇਂ ਦਾ ਇਹ ਚੱਕਰ ਬੁਢੇਪੇ ਦੀ ਦੁਰਗਤੀ ਨੂੰ ਰੋਕ ਨਹੀਂ ਪਵੇਗਾ। ਸੋ ਜੀਵਨ ਵਿੱਚ ਬੁਢੇਪੇ ਦੇ ਕਸ਼ਟ ਹਟਾਉਣਾ ਮਨੁੱਖ ਦੀ ਹੋਣੀ ਹੈ। ਰਾਜਨੀਤਿਕ ਅਤੇ ਸਮਾਜਿਕ ਕਾਰਨਾਂ ਕਰਕੇ ਬੁਢੇਪੇ ਦੀ ਵੱਖ ਪਛਾਣ ਬਣੀ ਹੈ। ਇਹ ਇੱਕ ਅਸਲੀਅਤ ਹੈ ਕਿ ਬੁਢੇਪੇ ਨੂੰ ਕਸ਼ਟਦਾਈ ਅਤੇ ਦੁੱਖਦਾਈ ਮੰਨਿਆ ਗਿਆ ਹੈ। ਇਸ ਨੂੰ ਮੌਤ ਨਾਲੋਂ ਜ਼ਿਆਦਾ ਡਰਾਉਣੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਜੀਵਨ ਦੀ ਜੰਗ ਵਿੱਚ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੈਸਾ, ਦੌਲਤ, ਪ੍ਰਸਿੱਧੀ ਸਭ ਕੁਝ ਪਾਉਣ ਤੋਂ ਬਾਅਦ ਵੀ ਬਜ਼ੁਰਗ ਕਈ ਵਾਰੀ ਬੁਢਾਪੇ ਵਿੱਚ ਇਹ ਸੋਚਦੇ ਨੇ, ਇਹ ਸੋਚ ਬੁਢੇਪੇ ਵਿੱਚ ਉੱਭਰਦੀ ਵੇਖੀ ਗਈ ਹੈ ਕਿ ਆਖਰ ਸਭ ਕੁਝ ਕਿਸ ਲਈ ਕੀਤਾ। ਦਰਦ, ਰੋਗ ਅਤੇ ਬੁਢੇਪੇ ਦੇ ਅਹਿਸਾਸ ਨੂੰ ਲੈ ਕੇ ਵਿਗਿਆਨ ਅਤੇ ਟੈਕਨੋਲੋਜੀ ਜੋ ਨਹੀਂ ਕਰ ਸਕੀ, ਉਹ ਸਮਾਜਿਕ ਨੈਤਿਕਤਾ ਕਰ ਸਕਦੀ ਹੈ। ਆਪਣੀ ਹਮਦਰਦੀ ਨਾਲ ਵਧਣਾ, ਵਿਕਸਿਤ ਹੋਣਾ, ਬੁੱਢੇ ਹੋਣਾ ਅਤੇ ਮਰ ਜਾਣਾ, ਇਹ ਤਾਂ ਜੀਵਨ ਦੀ ਪ੍ਰਕਿਰਿਆ ਹੈ ਔਰ ਪੂਰਵ ਨਿਸ਼ਚਿਤ ਅਤੇ ਲਾਜ਼ਮੀ ਹੈ। ਇਸ ਬਿਪਤਾ ਨੂੰ ਭੁਲਾਉਣ ਦਾ ਜੋ ਇੱਕ ਹੀ ਰਸਤਾ ਹੈ, ਉਹ ਹੈ ਆਪਣੀ ਮੰਜ਼ਿਲ ਤੈਅ ਕਰੋ ਅਤੇ ਉਸ ਤੋਂ ਅੱਗੇ ਵੱਧਦੇ ਜਾਓ। ਮਨੁੱਖ ਲਈ ਸਮਰਪਿਤ ਹੋਵੋ, ਮਨੁੱਖਤਾ ਲਈ ਸਮਰਪਿਤ ਹੋਵੋ, ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਰਚਨਾਤਮਾ ਵਿੱਚ ਸਹਿਭਾਗੀ ਬਣੋ। ਕਿਸੇ ਦਾ ਜੀਵਨ ਉਸ ਸਮੇਂ ਤੱਕ ਅਰਥ ਰੱਖਦਾ ਜਦੋਂ ਤੱਕ ਉਹ ਹੋਰਨਾਂ ਦੇ ਜੀਵਨ ਨਾਲ ਪ੍ਰੇਮ, ਭਾਈਚਾਰਾ, ਰੋਸ ਅਤੇ ਕਰੁਣਾ ਦੇ ਮਾਧਿਅਮ ਨਾਲ ਜੁੜਦਾ ਹੈ। ਪਰ ਅਜਿਹਾ ਸੁਭਾਗ ਕੁਝ ਹੀ ਬਜ਼ੁਰਗਾਂ ਨੂੰ ਮਿਲਦਾ ਹੈ। ਨਾਜ਼ਰੀਨ, ਅੱਜ ਬੁਢਾਪੇ ਦੀ ਅਵਸਥਾ ਬਾਰੇ ਗੱਲਬਾਤ ਚੱਲ ਰਹੀ ਹੈ। ਬੁਢੇਪਾ ਸਭ ਲਈ ਬਰਾਬਰ ਦੇ ਸਾਧਨ ਅਤੇ ਸੁਵਿਧਾਵਾਂ ਲੈ ਕੇ ਨਹੀਂ ਆਉਂਦਾ। ਲਓ ਜੀ, ਇੱਕ ਮਜ਼ਦੂਰ 50 ਸਾਲ ਵਿੱਚ ਬਜ਼ੁਰਗ ਹੋ ਜਾਂਦਾ ਹੈ ਤਾਂ ਇੱਕ ਸੰਪੰਨ ਵਿਅਕਤੀ, ਅਮੀਰ ਵਿਅਕਤੀ 80 ਸਾਲ ਤੱਕ ਵੀ ਆਪਣੇ ਆਪ ਨੂੰ ਚੰਗਾ ਅਤੇ ਕਈ ਵਾਰ ਜਵਾਨ ਮਹਿਸੂਸ ਕਰਦਾ ਹੁੰਦਾ ਹੈ। ਬੁਢੇਪੇ ਵਿੱਚ ਇੱਕ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਅਤੇ ਦੂਜੇ ਨੂੰ ਇੱਜ਼ਤ ਅਤੇ ਸਨਮਾਨ ਮਿਲਦਾ ਹੈ। ਇੱਕ ਦੇ ਕੋਲ ਸਾਧਨ ਨਹੀਂ ਹੈ ਅਤੇ ਦੂਜੇ ਕੋਲ ਸਾਧਨਾਂ ਦੀ ਕਮੀ ਕੋਈ ਨਹੀਂ। ਇੱਥੇ ਲੋੜ ਹੁੰਦੀ ਹੈ ਇੱਕ ਚੰਗੀ ਰਾਜਨੀਤਿਕ ਬੁਢੇਪਾ ਨੀਤੀ ਦੀ। ਉਹ ਸ਼ੋਸ਼ਿਤ ਵਰਗ ਨੂੰ ਆਸਰਾ ਦੇਣ ਦੀ ਲੋੜ ਹੁੰਦੀ ਹੈ ਜਿਸ ਨੂੰ ਸਮਾਜ ਨੇ ਸ਼ੋਸ਼ਣ ਕਰਕੇ ਜਲਦੀ ਬੁੱਢਾ ਕਰ ਦਿੱਤਾ ਹੁੰਦਾ ਹੈ। ਇਸ ਪ੍ਰਸ਼ਨ ਅਤੇ ਚਿੰਤਨ ਬੇਹੱਦ ਜ਼ਰੂਰੀ ਹੈ ਕਿ ਇਸ ਸ਼ੋਸ਼ਿਤ ਵਰਗ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਸਮਾਜ ਨੂੰ ਲੋੜੀਂਦੇ ਚੰਗੇ ਉਸਾਰੂ ਕਦਮ ਚੁੱਕਣੇ ਚਾਹੀਦੇ ਨੇ ਜਿਸ ਦੇ ਨਾਲ ਇਸ ਵਰਗ ਦੇ ਮੈਂਬਰ ਵੀ ਮਨੁੱਖ ਕਹਿਲਾਉਣ। ਜਵਾਬ ਸਰਲ ਹੈ ਕਿ ਉਸ ਨੂੰ ਮਨੁੱਖ ਸਮਝਿਆ ਜਾਵੇ, ਸਮਾਜ ਉਸ ਨੂੰ ਅਜਿਹੀ ਚੀਜ਼ ਨਾ ਸਮਝੇ ਜੋ ਹੁਣ ਬੇਕਾਰ ਹੋ ਚੁੱਕੀ ਹੈ। ਸਮਾਜ ਸਾਡਾ ਹਮੇਸ਼ਾ ਹੀ ਲਾਭ ਹਾਨੀ ਦੀ ਤੱਕੜੀ ਵਿੱਚ ਮਨੁੱਖ ਨੂੰ ਤੋਲਦਾ ਰਿਹਾ ਹੈ। ਮਨੁੱਖਤਾ ਤਾਂ ਸਿਰਫ ਇੱਕ ਵਿਖਾਵਾ ਹੈ, 19ਵੀਂ ਸਦੀ ਦੀ ਮਨੁੱਖਤਾ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਸ਼ੋਸ਼ਕ ਅਤੇ ਸ਼ੋਸ਼ਿਤ। ਉੱਥੇ ਮਨੁੱਖਤਾ ਦਾ ਪ੍ਰਸ਼ਨ ਨਹੀਂ ਸੀ, ਬਸ ਕੰਮ ਕਰੋ ਅਤੇ ਪੈਸਾ ਲਓ। ਜੋ ਕੰਮ ਦੇ ਲਾਇਕ ਨਹੀਂ ਰਿਹਾ ਉਸ ਦੇ ਪ੍ਰਤੀ ਕਿਸੇ ਦਾ ਕੋਈ ਫਰਜ਼ ਨਹੀਂ ਸੀ, ਉਸ ਲਈ ਕੋਈ ਸੰਵੇਦਨਾ ਨਹੀਂ ਹੈ। ਬੁਢੇਪੇ ਵਿੱਚ ਜੇਕਰ ਕੋਈ ਆਰਥਿਕ ਅਤੇ ਮਾਨਸਿਕ ਕਸ਼ਟਾਂ ਵਿੱਚ ਨਹੀਂ ਹੈ ਤਾਂ ਉਸ ਵਿਅਕਤੀ ਦਾ ਅੰਤਿਮ ਪੜਾਉ ਆਰਾਮ ਨਾਲ ਗੁਜ਼ਰ ਜਾਂਦਾ ਹੈ। ਇਸ ਆਰਥਿਕ ਅਤੇ ਮਾਨਸਿਕ ਦ੍ਰਿੜਤਾ ਲਈ ਅਜਿਹਾ ਵਿਅਕਤੀ ਆਪਣੀ ਅੱਧਖੜ ਉਮਰ ਤੋਂ ਹੀ ਯੋਜਨਾ ਬਣਾਉਣ ਲੱਗਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਬੰਦਾ ਚੱਲਦਾ ਫਿਰਦਾ ਇਸ ਸੰਸਾਰ ਤੋਂ ਤੁਰ ਜਾਵੇ ਤਾਂ ਚੰਗੀ ਗੱਲ ਹੈ। ਬਿਮਾਰ ਜਾਂ ਮੰਜੇ 'ਤੇ ਪੈ ਕੇ ਬੀਤਣ ਵਾਲਾ ਬੁਢਾਪਾ ਮੇਰਾ ਨਰਕ ਹੈ। ਚਾਹੀਦਾ ਤਾਂ ਇਹ ਹੈ ਕਿ ਜੇ ਬੱਚੇ ਆਪਣੇ ਬਜ਼ੁਰਗਾਂ ਨੂੰ ਨਹੀਂ ਸਾਂਭਦੇ ਤਾਂ ਇਸ ਮਕਸਦ ਲਈ ਸਰਕਾਰ ਅੱਗੇ ਆਵੇ। ਜੇ ਸਰਕਾਰ ਵੀ ਅੱਗੇ ਨਹੀਂ ਆਉਂਦੀ ਤਾਂ ਸਮਾਜ ਸੇਵੀ ਸੰਸਥਾਵਾਂ ਬਜ਼ੁਰਗਾਂ ਦੀ ਸਹਾਇਤਾ ਲਈ ਅੱਗੇ ਆਉਣ। ਬਜ਼ੁਰਗਾਂ ਨਾਲ ਇਸ ਹਵਾਲੇ ਨਾਲ ਸਲੂਕ ਨਾ ਕੀਤਾ ਜਾਵੇ ਕਿ ਹੁਣ ਉਹ ਪਰਿਵਾਰਾਂ ਜਾਂ ਸਮਾਜ ਲਈ ਆਰਥਿਕ ਤੌਰ 'ਤੇ ਲਾਹੇਵੰਦ ਨਹੀਂ ਰਹੇ। ਬਜ਼ੁਰਗਾਂ ਦੀ ਸਾਂਭ ਸੰਭਾਲ ਅਸਲ ਵਿੱਚ ਲਾਭ ਜਾਂ ਹਾਨੀ ਦਾ ਸਵਾਲ ਹੈ ਹੀ ਨਹੀਂ, ਸਗੋਂ ਦਰਦਮੰਦ ਦਿਲਾਂ ਦਾ ਸਵਾਲ ਹੈ। ਦੋਸਤੋ, ਦਰਦਮੰਦ ਦਿਲਾਂ ਵਾਲੇ ਜੀ, ਜਵਾਨ, ਸਮਾਜ ਜਾਂ ਸਰਕਾਰਾਂ ਇਹ ਸਮਝਣ ਕਿ ਇੱਕ ਦਿਨ ਹਰੇਕ ਨੇ ਬੁੱਢਾ ਹੋਣਾ ਹੈ ਔਰ ਆਪਣੇ ਬੁਢਾਪੇ ਦੀ ਕਲਪਨਾ ਕਰਨ ਵਾਲੇ ਸੰਵੇਦਨਸ਼ੀਲ ਲੋਕ ਹੀ ਬੁਢਾਪੇ ਦੀ ਕਦਰ ਕਰਨੀ ਜਾਣ ਸਕਦੇ ਨੇ। ਸੋ ਅੱਜ ਦਾ ਪ੍ਰੋਗਰਾਮ ਸਿਰਫ ਇੰਨਾ ਸੀ ਜੀ। ਮੈਨੂੰ ਦਿਓ ਆਜ਼ਾਦ,
ਖੁਸ਼ ਰਹੋ, ਆਬਾਦ ਰਹੋ ਅਤੇ ਵੇਖਦੇ ਰਹੋ ਪ੍ਰਾਈਮੇਸ਼ਰ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।